ਇਹਨਾਂ ਨੇ ਕਰਮਜੀਤ ਕੌਰ ਨੇ ਰਿਕੁਐਸਟ ਕੀਤੀ ਹੈ ਕਿ ਸਰ ਮੈਂ ਪੰਜਾਬੀ ਕੀਤੀ ਹੈ, ਇਹਨਾਂ ਦੇ ਸਬਜੈਕਟ ਕੀ ਹੈ, ਪੰਜਾਬੀ ਲਿਟਰੇਚਰ, ਇਸ ਨੂੰ ਮੈਂ ਇਲੈਕਟਿਵ ਪੰਜਾਬੀ ਸਮਝ ਰਿਹਾ ਹਾਂ, ਦੂਸਰਾ ਹਿਸਟਰੀ ਹੈ, ਵੈਰੀ ਗੁੱਡ, ਔਰ ਤੀਸਰਾ ਰਿਲੀਜੀਅਸ ਸਟੱਡੀ ਹੈ। ਸੋ ਰਾਜੇ ਤੁਹਾਡਾ ਹਰ ਹਾਲਤ ਵਿੱਚ ਜਨਰਲ ਇੰਗਲਿਸ਼ ਹੈ, ਜਨਰਲ ਪੰਜਾਬੀ ਹੈ, ਮੈਂ ਦੁਬਾਰਾ ਪੜ੍ਹ ਲਵਾਂ, ਬੀ ਏ ਵਿੱਚ ਮੈਂ ਹਿਸਟਰੀ, ਪੰਜਾਬੀ ਲਿਟਰੇਚਰ, ਰਿਲੀਜੀਅਸ। ਸੋ ਤੁਹਾਡਾ ਜਿਹੜਾ ਹੈ ਐਸ ਐਸ ਟੀ ਪੰਜਾਬੀ ਬੈਸਟ ਕੋਂਬੀਨੇਸ਼ਨ ਬਣ ਰਿਹਾ ਹੈ, ਤੁਸੀਂ ਸਿੱਧੇ ਐਲੀਜੀਬਲ ਬਣ ਰਹੇ ਹੋ, ਉਹਦੇ ਲਈ ਕੋਈ ਵੀ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਹਿਸਟਰੀ ਤੁਹਾਡਾ ਬੈਸਟ ਸਬਜੈਕਟ ਬਣ ਰਿਹਾ ਹੈ ਕਿਉਂਕਿ ਸਕੂਲ ਸਬਜੈਕਟ ਹੈ, ਸੋਸ਼ਲ ਸਾਇੰਸ ਦਾ ਜਿਹੜੀਆਂ ਚਾਰ ਦਿੱਤੀਆਂ ਹੋਈਆਂ ਹਨ, ਸੈਂਟਰ ਗੌਰਮੈਂਟ ਲਈ ਵੀ ਇਹ ਚਾਹੀਦਾ ਹੈ ਐਲੀਜੀਬਲ ਹੋਵੋ, ਮਿਨੀਮਮ 1 ਤੁਸੀਂ ਪੜ੍ਹਿਆ ਹੈ। ਹਾਂ, ਰਿਲੀਜੀਅਸ ਦਾ ਐਨ ਸੀ ਟੀ ਅਲਾਓ ਕਰਦੀ ਹੈ, ਲੇਕਿਨ ਜੋ ਪੰਜਾਬ ਗੌਰਮੈਂਟ ਅਲਾਓ ਨਹੀਂ ਕਰਦੀ, ਪੰਜਾਬ ਗੌਰਮੈਂਟ ਨੇ 7 ਜਿਹੜੇ ਸਬਜੈਕਟ ਦਿੱਤੇ ਆ ਉਹਦੇ ਵਿੱਚ ਰਿਲੀਜੀਅਸ ਸਟੱਡੀਜ਼ ਨਹੀਂ ਹੈ। ਦੈਟ ਇਜ਼ ਵਾਈ ਤੁਹਾਨੂੰ ਬਾਅਦ ਵਿੱਚ ਇੱਕ ਐਸ ਐਸ ਟੀ ਦਾ ਐਡੀਸ਼ਨਲ ਕਰ ਲੈਣਾ ਚਾਹੀਦਾ, ਬਾਅਦ ਵਿੱਚ ਨਹੀਂ, ਬੀ ਐਡ ਕਰਦੇ ਕਰਦੇ ਹੀ ਤੁਸੀਂ ਕੀ ਕਰੋ, ਐਸ ਐਸ ਟੀ ਪੰਜਾਬੀ ਦਾ ਕੋਂਬੀਨੇਸ਼ਨ ਲਓ, ਉਹ ਲੈਣ ਤੋਂ ਬਾਅਦ ਤੁਸੀਂ ਨਾਲ ਹੀ ਗ੍ਰੈਜੂਏਸ਼ਨ ਦੇ ਫਾਰਮ ਫਿਲ ਕਰ ਦਿਓ, ਹਿਸਟਰੀ ਕੀਤੀ ਹੋਈ ਹੈ, ਪੋਲੀਟੀਕਲ ਸਾਇੰਸ ਦੇ ਕਰ ਦਿਓ, ਠੀਕ ਹੈ। ਉਹ ਜੇ ਕੋਈ ਸਬਜੈਕਟ ਚੇਂਜ ਕਰਨਾ ਤੁਸੀਂ ਗੱਲਬਾਤ ਕਰ ਸਕਦੇ ਹੋ, ਨੰਬਰ ਵੀ ਆ ਰਿਹਾ ਹੈ, ਅਤੇ ਉਹ ਤੁਸੀਂ ਬੀ ਐਡ ਦੇ ਦੌਰਾਨ ਹੀ ਕਰ ਲਓਗੇ, ਬੀ ਐਡ ਕਰਨ ਤੋਂ ਬਾਅਦ ਇਮੀਡੀਏਟ ਤੁਸੀਂ ਐਸ ਐਸ ਟੀ ਪੰਜਾਬੀ ਦੋਨਾਂ ਲਈ, ਟੀ ਜੀ ਟੀ ਲਈ, ਗੌਰਮੈਂਟ ਜੋਬ ਲਈ ਐਲੀਜੀਬਲ ਹੋ ਜਾਓਗੇ। ਥੈਂਕ ਯੂ।